ਇਹ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਮੁਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ ਵੇਖੇ ਐਮ ਐਮ ਐਸ ਬਣਾਏ ਜਾਣ ਅਤੇ ਵਾਇਰਲ ਹੋਣ ਦੇ ਮਾਮਲੇ ਜਿ ਜਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀਆਂ ਮੰਗਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਯੂਨੀਵਰਸਿਟੀ ਵੱਲੋਂ ਉਹਨਾਂ ਦੋ ਵਾਰਡਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਵਿਦਿਆਰਥਣਾਂ ਦੇ ਸ਼ਾਰਟੇਸਟ ਅਤੇ ਡਰੈਸ ਦੇ ਤੰਜ ਕੱਸਿਆ ਸੀ। ਯੂਨੀਵਰਸਿਟੀ ਨੇ ਮਹਿਲਾ ਹੌਸਟਲ ਦੀਆਂ ਬਾਕੀ ਵਾਰਡਾਂ ਨੂੰ ਵੀ ਇਥੋਂ ਬਦਲ ਦਿੱਤਾ ਹੈ। ਜ਼ਿਕਰ ਹੋ ਗਿਆ ਕਿ ਯੂਨੀਵਰਸਿਟੀ ਦਾ 7 ਮੰਜ਼ਿਲਾ ਹੋਸਟਲ ਹੈ ਜਿੱਥੇ ਹਰ ਮੰਜ਼ਿਲ ਤੇ 16 ਕਮਰੇ ਹਨ ਅਤੇ ਹਰ ਕਮਰੇ 'ਚ 4 ਵਿਦਿਆਰਥਣਾਂ ਰਹਿੰਦੀਆਂ ਹਨ। ਭਾਵ ਹਰ ਮੰਜ਼ਿਲ ਤੇ 64 ਕੁੜੀਆਂ ਹਨ ਅਤੇ ਹਰ ਮੰਜ਼ਿਲ ਤੇ ਇੱਕ ਗਾਰਡਨ ਤਾਇਨਾਤ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਦੀ ਇਮਾਰਤ ਦੀ ਹਰ ਮੰਜ਼ਿਲ ਤੇ ਸੀਸੀਟੀਵੀ ਇੰਸਟਾਲੇਸ਼ਨ ਦੀ ਬੇਨਤੀ ਵੀ ਸਵੀਕਾਰ ਕਰ ਲਈ ਹੈ। ਵਿਦਿਆਰਥਣਾਂ ਨੇ ਪਹਿਰਾਵੇ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਨਜੀ ਯੂਨੀਵਰਸਿਟੀ ਵਿਖੇ ਐਮਐਮਐਸ ਕਾਂਡ ਤੋਂ ਬਾਅਦ ਇਸ ਨੂੰ ਸਿਰਫ 24 ਘੰਟਿਆਂ ਚ 10 ਲੱਖ ਤੋਂ ਵੱਧ ਲੋਕਾਂ ਨੇ ਇੰਟਰਨੈਟ ਤੇ ਸਰਚ ਕੀਤਾ ਹੈ ਜਿਨ੍ਹਾਂ ਦੇ ਗਿਣਤੇ ਲਗਾਤਾਰ ਵੱਧ ਰਹੇ ਹੈ ਯੂਨੀਵਰਸਿਟੀ ਦੀ ਰੈਂਕਿੰਗ ਲਗਾਤਾਰ ਡਿੱਗ ਰਹੀ ਹੈ ਇਸ ਨੂੰ ਸੁਧਾਰਨ ਲਈ ਕਈ ਸਾਲ ਲੱਗ ਜਾਣਗੇ ਪੁਲਿਸ ਨੇ ਦੇਰ ਸ਼ਾਮ ਤਿੰਨ ਮੁਲਾਜ਼ਮਾਂ ਦਾ ਮੈਡੀਕਲ ਵੀ ਕਰਵਾ ਲਿਆ ਹੈ ਜਿਨ੍ਹਾਂ ਦੇ ਮੋਬਾਈਲਾਂ ਤੇ ਕਾਲ ਕਰਕੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵਿਦੇਸ਼ੀ ਦਵਾਈਆਂ ਕੋਲ ਨਾਲ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਉਹਨਾਂ ਕੋਲ ਅਜੇ ਹੀ ਕੋਈ ਵੀ ਸ਼ਿਕਾਇਤ ਨਹੀਂ ਆਈ ਹੈ Google Trends ਅਤੇ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ ਕਿ ਲੋਕ ਸਬ ਤੋਂ ਵੱਧ ਕੀ ਖੋਜ ਕਰ ਰਹੇ ਹਨ ਹੈਰਾਨੀ ਦੀ ਗੱਲ ਹੈ ਕਿ 18 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ Google Trends ਤੇ ਟੌਪ ਤੇ ਸੀ ਚੰਡੀਗੜ੍ਹ ਯੂਨੀਵਰਸਿਟੀ ਗਰਲਸ ਹੋਸਟਲ ਨੂੰ 10 ਲੱਖ ਤੋਂ ਵੱਧ ਵਾਰ ਸਰਜ ਕੀਤਾ ਜਾ ਚੁੱਕਾ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੀ ਫੇਸਬੁੱਕ ਅਤੇ ਟਵਿੱਟਰ ਤੇ ਸਭ ਤੋਂ ਵੱਧ ਐਮਐਮਐਸ ਕੀਵਰਡ ਟਰੈਂਡ ਕੀਤਾ ਗਿਆ। ਕੀਵਰਡ ਟੂਲ ਇੱਕ ਵੈੱਬਸਾਈਟ ਹੈ ਜੋ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਤੀਜੇ ਪ੍ਰਦਰਸ਼ਿਤ ਕਰਦੀ ਹੈ। ਇੱਥੇ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਐਮਐਮਐਸ ਟੌਪ ਤੇ ਰਿਹਾ। ਅਤੇ ਲੋਕਾਂ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਬਾਰੇ ਵਿੱਚ ਸਰਚ ਕਰਨਾ ਜਾਰੀ ਹੈ। ਅਜਿਹਾ ਐਮ ਐਮ ਐਸ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਦੀ ਰੈਂਕਿੰਗ ਬਹੁਤ ਹੀ ਜ਼ਿਆਦਾ ਡਿੱਗ ਗਈ ਹੈ। ਅਤੇ ਉੱਥੇ ਹੀ ਇਸ ਐਮ ਐਮ ਐਸ ਦੇ ਵਿੱਚ ਸ਼ਾਮਿਲ ਲੜਕੀ ਵੀ ਬਹੁਤ ਹੀ ਜ਼ਿਆਦਾ ਬਦਨਾਮੀ ਦਾ ਸਾਹਮਣਾ ਕਰ ਰਹੀ ਹੈ। ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਮੁਖ ਅਧਿਆਪਕ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਹਨ ਕਿ ਕਿਵੇਂ ਇਸ ਸਾਰੇ ਮਾਮਲੇ ਨੂੰ ਸੁਲਝਾਇਆ ਜਾ ਸਕਦਾ ਹੈ। ਅਤੇ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ